जी सर की सारा मामला जी मानजोग डीजीपी पंजाब साहब ने हदायतों मुताबक ते पंजाब नू नशा मुक्त बनाउण दे मिशन नू लेके कमिश्नरेट पुलिस अमृतसर वालों डीसीपी इन्वेस्टिगेशन मंडेर साहब अभिमन्यू राणा जी ते एसीपी वेस्ट सुखपाल जी अते एसएचओ छियाटा इन्हां नू मिली सूचना दे आधार ते इन्हां ने एक बड़ी वड्डी कामयाबी हासिल कीती आ जिस दौरान गुरभेज सिंह पुत्र हरभजन सिंह पिंडी सैदा ਅਜਨਾਲਾ ਅੰਮ੍ਰਿਤਸਰ ਦਿਹਾਤੀ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਅਤੇ ਉਹਦੇ ਕੋਲੋਂ 3.5 ਕਿਲੋ ਦੇ ਕਰੀਬ ਹੈਰੋਇਨ 1 ਲੱਖ ਰੁਪਇਆ ਜਿਹੜੀ ਡਰੱਗ ਮਨੀ ਅਤੇ ਇੱਕ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਆ। ਇਹ ਬਰਾਮਦਗੀ ਬੜੀ ਖਾਸ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਆ, ਇਹ ਨਾਕਾ ਲਾ ਕੇ ਉੱਥੇ ਕੀਤੀ ਆ। ਇਸ ਵਿਅਕਤੀ 'ਤੇ ਪਹਿਲਾਂ ਵੀ 2 ਪਰਚੇ ਦਰਜ ਸੀ। 2012 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਨੂੰ ਆਪਣੇ ਘਰ ਠਹਿਰਾਇਆ ਹੋਇਆ ਸੀ, ਉਹ ਵੀ ਇਹਦੇ ਕੇਸ ਰਜਿਸਟਰ ਹੋਇਆ ਅਤੇ 2021 ਦੇ ਵਿੱਚ ਇਸੇ ਪਾਸੋਂ 15 ਕਿਲੋ ਹੀਰੋਇਨ ਬਰਾਮਦ ਹੋਈ ਸੀ। ਇਹ ਪਾਕਿਸਤਾਨ ਦੇ ਕੁਛ ਵਿਅਕਤੀ ਆ, ਉਹਨਾਂ ਦਾ ਡਾਇਰੈਕਟ ਇਨ ਟੱਚ ਸੀਗਾ ਅਤੇ ਇਹ ਲਗਾਤਾਰ ਆਪਣਾ ਜਿਹੜਾ ਇਹ ਉੱਥੋਂ ਫੋਰਨ ਤੋਂ ਉਹਨਾਂ ਨਾਲ ਇਨ ਟੱਚ ਹੋ ਕੇ ਜਿਹੜੀ ਸਮਗਲਿੰਗ ਆ ਜਿਹੜੀ ਉਹ ਕਰਨ ਦਾ ਧੰਦਾ ਕਰਦਾ। ਇਹਨੂੰ ਅਸੀਂ ਇਹ 3.5 ਕਿਲੋ ਹੀਰੋਇਨ ਰਿਕਵਰ ਕਰਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਇੱਕ ਬੜਾ ਵੱਡਾ ਜਿਹੜਾ ਨੈੱਟਵਰਕ ਸੀਗਾ ਡਰੱਗ ਦਾ ਜਿਹੜਾ ਕਿ ਕ੍ਰੋਸ ਬਾਰਡਰ ਦੇ ਨਾਲ ਲਿੰਕਡ ਹੈਗਾ ਸੀਗਾ, ਉਹਦਾ ਪਰਦਾਫਾਸ਼ ਕੀਤਾ ਅਤੇ ਇਹਦੇ ਬੈਕਵਰਡ ਅਤੇ ਫਾਰਵਰਡ ਲਿੰਕੇਜਸ ਅਸੀਂ ਪਰਸੂ ਕਰ ਰਹੇ ਹਾਂ, ਜਿਹਦੇ ਆਧਾਰ 'ਤੇ ਸਾਨੂੰ ਉਮੀਦ ਆ ਕਿ ਜਿੱਥੇ ਇਹ ਸਮਾਨ ਜਾਣਾ ਸੀ ਉਹਨਾਂ ਨੂੰ ਅਸੀਂ ਕਾਬੂ ਕਰਨ 'ਚ ਕਾਮਯਾਬ ਹੋਈ। ਉਹ ਪਾਕਿਸਤਾਨੀ ਬੰਦਾ ਹੀ ਸੀ ਜੀ, ਪਾਕਿਸਤਾਨ ਤੋਂ ਉੱਥੋਂ ਦਰਿਆ ਦੇ ਰਾਹੀਂ ਕ੍ਰੋਸ ਕਰਕੇ ਆ ਕੇ ਇੱਧਰ ਇਹ ਪਹਿਲਾਂ ਫੈਂਸਿੰਗ ਦੇ ਰਾਹੀਂ ਉਹ ਥਰੋ ਕਰਦੇ ਸੀ, ਥਰੋ ਕਰਕੇ ਇਸ ਪਾਸੇ ਉਹਨਾਂ ਤੋਂ ਜਿਹੜਾ ਰਿਸੀਵ ਕਰਕੇ ਅੱਗੇ ਸਪਲਾਈ ਕਰਦਾ ਸੀਗਾ। ਉਹ ਪਾਕਿਸਤਾਨੀ ਸੀ, ਉਹ ਜਿਵੇਂ ਜਿਹੜੇ ਰਿਵਰਾਈਨ ਗੈਪਸ ਹੁੰਦੇ ਨੇ ਉਹਦੇ ਰਾਹੀਂ ਆ ਕੇ ਉਹ ਇਹਦੇ ਕੋਲ ਠਹਿਰਦਾ ਸੀ, ਇੱਧਰ ਸਪਲਾਈ ਕਰ ਜਾਂਦਾ ਸੀ, ਇੱਥੋਂ ਸਪਲਾਈ ਕਰਕੇ ਵਾਪਸ ਚਲਾ ਜਾਂਦਾ ਸੀ। ਉਹ ਪਾਕਿਸਤਾਨੀ ਉਦੋਂ ਠਹਿਰਨ ਦਾ ਜਿਹੜਾ ਬੰਦਾ ਮੁੱਦਾ ਜਿਹੜਾ ਹੋਇਆ ਸੀ ਉਸ ਆਧਾਰ 'ਤੇ ਉਹ ਪਾਕਿਸਤਾਨੀ ਵੀ ਕਾਬੂ ਹੋਇਆ ਸੀ ਅਤੇ ਇਹ ਵੀ ਕਾਬੂ ਹੋਇਆ। ਉਹ ਪੁਰਾਣੀ ਉਹ ਇਨਵੈਸਟੀਗੇਸ਼ਨ SSO ਸੀ ਅੰਮ੍ਰਿਤਸਰ ਨੇ ਕੀਤੀ ਆ, ਉਹਦੀ ਹਾਂ ਉਹ 2012 ਦਾ ਉਹਨਾਂ ਦੀਆਂ ਡਿਟੇਲਸ ਉਹਨਾਂ ਕੋਲ ਆ, 2015 ਦਾ ਵੀ ਉਹਨਾਂ ਕੋਲ ਆ ਅਤੇ ਜਿਹੜੀ ਸਾਡੀ ਇਹ ਮੌਜੂਦਾ ਜਿਹੜਾ ਸਾਨੂੰ ਜਿਹੜੇ ਅਸੀਂ ਇਹਨੂੰ ਇੱਥੇ ਗ੍ਰਿਫਤਾਰ ਕੀਤਾ ਗਾ ਸਾਡੇ ਕੋਲ ਇਹੀ 3.5 ਕਰੋੜ ਦੀ ਰਿਕਵਰੀ ਦੀ ਡਿਟੇਲ ਹੈ। ਹਾਂਜੀ ਇਹ ਉਹਨਾਂ ਤੋਂ ਬੇਲ ਆਊਟ ਸਰ, ਉਹਦੇ ਲਿੰਕ ਕਿਸ ਤਰ੍ਹਾਂ ਸੀ ਜਿਹੜਾ ਪਾਕਿਸਤਾਨੀ ਸੀ ਇਹਦੇ ਨਾਲ? ਇਹਨਾਂ ਦੇ ਕਮਿਊਨੀਕੇਸ਼ਨ ਜਿਹੜੇ ਆਪਦੇ ਹੈਗੇ ਨੇ ਆਪਣੇ ਭਾਵੇਂ ਫੇਸਬੁੱਕ ਕਹਿ ਲਓ ਜਾਂ ਜੋ ਵੀ ਹੈਗੀ ਹੈ ਜੰਗੀ ਐਪ ਕਹਿ ਲਓ ਜਾਂ ਜਿੱਦਾਂ ਦੇ ਉਸ ਤਰ੍ਹਾਂ ਦੇ ਟੈਕਨੀਕਲੀ ਫੋਨ ਦੇ ਰਾਹੀਂ ਇਹਨਾਂ ਦੇ ਕੰਟੈਕਟ ਆਪਸ ਹੈਗੇ ਨੇ, ਲਿੰਕਡ ਹੁੰਦੇ ਨੇ ਉਹ ਫੋਨ ਤੋਂ, ਪਲੱਸ ਪਰਸਨਲ ਉਹ ਇੱਧਰ ਆ ਕੇ ਰਹਿ ਜਾਂਦਾ ਅਤੇ ਕਹਿ ਜਾਂਦਾ ਲਿੰਕਸ ਦਾ ਜਿਹੜਾ ਬੰਦਾ ਇੱਕ ਪਾਕਿਸਤਾਨੀ ਬੰਦੇ ਨੂੰ ਰਾਤ ਆਪਣੇ ਕੋਲ ਰੱਖਦਾ ਅਤੇ ਉਹਦੇ ਲਿੰਕਸ ਤੁਸੀਂ ਆਪੇ ਸਮਝ ਸਕਦੇ ਹੋ ਕੀ ਲਿੰਕ ਨੇ। ਇਟ ਇਜ਼ ਏ ਮੈਟਰ ਆਫ ਇਨਵੈਸਟੀਗੇਸ਼ਨ, ਇਹ ਸਾਡੇ ਕੋਲ 3.5 ਕਿਲੋ ਹੈਗੀ ਆ ਅਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਸਾਨੂੰ ਹੈਗਾ ਇਹਦੇ ਰਿਲੇਸ਼ਨ 'ਚ ਅਸੀਂ ਸ਼ੇਅਰ ਨਹੀਂ ਕਰ ਸਕਦੇ। ਹਾਂਜੀ ਡਰੋਨ ਆ ਸਰ, ਕਿੰਨੇ ਸਮੇਂ ਤੋਂ ਕੰਮ ਕਰਦਾ ਸੀ ਕਿ ਨਾਲ ਹੋਰ ਵੀ ਪਿੰਡ ਦੇ ਇਲਾਕੇ ਦੇ ਲੋਕ ਜੰਡੀ ਤੱਕ ਕਿਤੇ ਆ? 2012 ਤੋਂ ਤਾਂ ਰਜਿਸਟਰਡ ਹੀ ਹੋ ਗਿਆ ਨਾ, ਅੱਜ ਤੋਂ 12 ਸਾਲ ਪਹਿਲਾਂ ਦਾ ਤਾਂ ਇੱਕ ਡਿਟੇਲ ਹੀ ਹੋ ਗਈ, ਔਨ ਰਿਕਾਰਡ ਹੋ ਗਈ। ਉਦੋਂ ਪਹਿਲਾਂ ਇਹ ਕਿਤੇ ਨਾ ਫੜਿਆ ਗਿਆ ਹੋਵੇ ਜਾਂ ਉਦੋਂ ਬਾਅਦ ਕਰਦਾ ਰਿਹਾ ਗਿਆ ਹੋਵੇ, ਉਹ ਜਿਹੜੀ ਡਿਟੇਲਸ
ਉਹ ਤੁਸੀਂ ਆਪ ਸਮਝ ਸਕਦੇ ਹੋ, ਬਟ ਸਾਡੇ ਕੋਲ ਡਿਟੇਲ ਨਹੀਂ ਹੈ ਕਿਉਂਕਿ ਇਸਦਾ ਵੱਡਾ ਨੈਟਵਰਕ ਚਲਾਉਣਾ ਤਕਰੀਬਨ 12 ਸਾਲ ਤੋਂ ਨੈਟਵਰਕ ਚੱਲ ਰਿਹਾ। ਹਾਂਜੀ, ਉਦੋਂ ਅਰੈਸਟ ਹੋ ਗਿਆ, ਜੇਲ੍ਹ 'ਚ ਵੀ ਚੱਲ ਗਿਆ, ਹੁਣ ਵੀ ਇਹ ਜੇਲ੍ਹ ਤੋਂ ਬੇਲ ਆਊਟ ਹੋ ਕੇ ਆਇਆ। ਡੈਫੀਨੇਟਲੀ ਜਿਹੜਾ ਕੋਈ ਡਰੱਗਸ ਦਾ ਕੰਮ ਕਰਦਾ, ਜਿਹੜਾ ਕੋਈ ਪਾਕਿਸਤਾਨੀ ਨੈਸ਼ਨਲ ਦੇ ਨਾਲ ਸੰਬੰਧ ਰੱਖਦਾ, ਜਿਹੜਾ ਉਹਨਾਂ ਦੇ ਨਾਲ ਲਗਾਤਾਰ ਇਨ ਟੱਚ ਆ, ਤੇ ਇੱਕ ਡੈਡਲੀ ਹੈਗੀ ਆ। ਬਹੁਤ ਬਿਗ ਫਿਸ਼ ਹੈ ਜੀ, ਪੂਰੀ ਬਿਗ ਫਿਸ਼ ਆ। ਜਿਹੜਾ 15 ਕਿਲੋ ਪਹਿਲਾਂ ਇਹ ਤੋਂ ਹੀਰਨ ਫੜੀ ਗਈ ਆ, 3.5 ਕਿਲੋ ਹੁਣ ਫੜੀ ਗਈ, ਇਹ ਜੇ ਬਿਗ ਫਿਸ਼ ਇਹਦੀ 55 ਸਾਲ ਦੀ। ਹਾਂਜੀ ਉਹ ਸਾਰੀ ਚੀਜ਼ ਆਈਡੈਂਟੀਫਾਈ ਕਰਕੇ, ਜੇ ਪਹਿਲਾਂ ਵਾਲੇ ਕੇਸਾਂ ਦੇ ਵਿੱਚ ਉਹ ਨਾ ਕੰਫਿਸਕੇਟ ਕੀਤੀ ਹੋਈ ਤਾਂ ਉਹਦਾ ਅਸੀਂ ਕੇਸ ਬਣਾ ਕੇ ਕੰਪਲੇਂਟ ਅਥਾਰਟੀ ਨੂੰ ਭੇਜਾਂਗੇ, ਉਹ ਪ੍ਰੋਪਰਟੀ ਅਸੀਂ ਨਾਲ ਓਬਜੈਕਟ ਕਰਾਂਗੇ। ਸਾਡੇ ਕੋਲ ਕੁਛ ਲੀਡਸ ਹੈਗੀਆਂ, ਬਟ ਸੋਰੀ ਵੀ ਕਾਂਟ ਸ਼ੇਅਰ, ਸਾਡੇ ਕੋਲ ਲੀਡਸ ਹੈਗੀਆਂ, ਵੀ ਆਰ ਵਰਕਿੰਗ ਔਨ ਦੈਟ। ਪਹਿਲਾਂ ਅਸੀਂ ਉਹਨੂੰ ਕੰਮ ਨੂੰ ਕੰਕਲੂਡ ਕਰ ਲਈਏ, ਤੇ ਜੇ ਲੋੜ ਪਈ ਤੁਹਾਡੇ ਨਾਲ ਸ਼ੇਅਰ ਕਰਾਂਗੇ। 21 ਦੇ ਵਿੱਚ ਵੇਚ ਉਹ ਇੰਟੈਰੋਗੇਸ਼ਨ ਕਰ ਰਹੇ ਹਾਂ ਜੀ, ਇੰਟੈਰੋਗੇਸ਼ਨ ਦੌਰਾਨ ਜੋ ਜੋ ਸਾਹਮਣੇ ਆਏਗਾ ਉਹ ਰਿਕਾਰਡ 'ਚ ਲਿਆਵਾਂਗੇ। 8 ਕਿੱਲੇ ਇਹਦੀ ਪਰਲੇ ਪਾਸੇ ਹੈਗੀ ਆ, 8 ਕਿੱਲੇ ਦੀ ਜ਼ਮੀਨ ਆ, ਉਹ ਤਾਰਾਂ ਤੋਂ ਪਾਰ ਆ, ਤਾਂ ਹੀ ਉਹ ਉੱਥੇ ਰਹਿਣ ਹੋਣ ਕਰਕੇ ਉਹ ਐਡਵਾਂਟੇਜ ਅਤੇ ਹੋਰ ਉਸ ਇਲਾਕੇ ਦਾ ਭੇਤੀ ਹੋਣ ਕਰਕੇ ਇਹਨੇ ਨਾਲ ਇਹ ਆਪਣਾ ਜਿਹੜਾ ਇੱਦਾਂ ਦਾ ਜਿਹੜਾ ਡਰੱਗਸ ਦਾ ਕੰਮ ਕੀਤਾ। ਛੋਟੇ ਨੇ ਉਹਨਾਂ ਦਾ, ਐਜ ਆਫ ਨਾਓ ਸਾਨੂੰ ਇਹਨਾਂ ਦੀ ਕਿਸੇ ਕਿਸਮ ਦੀ ਕੋਈ ਇਨਵੋਲਵਮੈਂਟ ਦੀ ਕੋਈ ਫਿਕਰ ਨਹੀਂ।